ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਕਾੜਾ ਐਨੀਮਲ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਰਾਏ ਅਲੀ। ਨਵੇਂ ਆਉਣ ਵਾਲੇ ਦੋਸਤਾਂ ਦੇ ਇੱਕ ਰਿਕੁਐਸਟ, ਆਪਣੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਨਾਲ ਹੀ ਲੱਗਿਆ ਹੋਇਆ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨਾ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਕੰਨਾਂ ਤੱਕ ਬਾਹਰ ਸਾਨੂੰ ਪਹੁੰਚੇ ਅਤੇ ਜਾਨਵਰ ਖਰੀਦ ਸਕਣ। ਦੋਸਤੋ, ਕਾੜਾ ਐਨੀਮਲ ਟੀ ਵੀ ਦੀ ਟੀਮ ਕੋਸ਼ਿਸ਼ਾਂ ਕਰਦੀ ਕਿ ਦੋਸਤਾਂ ਵਾਸਤੇ ਅੱਛੇ ਨਸਲੀ ਔਰ ਮਿਆਰੀ ਜਾਨਵਰ ਲੈ ਕੇ ਆਵੇ ਔਰ ਦੋਸਤਾਂ ਦਾ ਸ਼ੌਕ ਪੂਰਾ ਕਰਾਵੇ, ਦੋਸਤ ਖਰੀਦ ਸਕਣ। ਸਾਡਾ ਜਿਹੜਾ ਸਫ਼ਰ ਕਰਨ ਦਾ ਮਕਸਦ ਹੱਲ ਕਰ ਸਕਣ। ਭਾਈ ਦਾ ਨਾਮ ਜੀ ਸਰਦਾਰ ਬਾਬਰ ਜੱਟ, ਲੋਕੇਸ਼ਨ ਬਣਦੀ ਹੈ ਤਹਿਸੀਲ ਦੀਪਾਲਪੁਰ, ਜ਼ਿਲ੍ਹਾ ਉਕਾੜਾ। ਰਾਬਤਾ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤਾ ਹੈ। ਵੈੜ ਦੋਸਤੋ, ਜਰਸੀ ਫਰੀਜ਼ਿੰਗ ਕਰਾ ਸੇ ਦੂਸਰਾ ਵਾਰਾ ਸੂਣ ਵਾਸਤੇ ਤਿਆਰ ਹੈ, ਕੋਈ ਹਫ਼ਤਾ ਤੋਂ 10 ਦਿਨ ਲੈਂਦੀ ਹੈ। ਬਕਾਇਆ ਜੋ ਵੀ ਮੇਰੇ ਭਰਾਵਾਂ ਦੀਆਂ ਅੱਖਾਂ ਦੇ ਸਾਹਮਣੇ ਵੀਡੀਓ 'ਚ ਦਿਖਾਈ ਜਾ ਰਹੀ ਹੈ, ਕਿਸੇ ਵੀ ਮੇਰੇ ਦੋਸਤ, ਮੇਰੇ ਵੀਰ, ਮੇਰੇ ਭਰਾ ਨੂੰ ਪਸੰਦ ਆਵੇ, ਸਕਰੀਨ 'ਤੇ ਰਾਬਤਾ ਨੰਬਰ ਚੱਲ ਰਿਹਾ, ਸਾਡੇ ਨਾਲ ਰਾਬਤਾ ਕਰਕੇ ਖਰੀਦ ਸਕਦੇ ਹੋ। ਮਾਸ਼ਾਅੱਲਾ, ਚੰਗੀ ਕੱਦਾਵਰ, ਖੂਬਸੂਰਤ ਵੈੜ ਹੈ, ਸੋਹਣਾ ਮੁੱਠ ਭਰ ਖਾਣ ਲੱਗਿਆ ਹੋਇਆ ਦੋਸਤੋ। ਬਕਾਇਆ ਜੋ ਵੀ ਮੇਰੇ ਭਰਾਵਾਂ ਦੀਆਂ ਅੱਖਾਂ ਦੇ ਸਾਹਮਣੇ ਦੂਸਰਾ ਵਾਰਾ ਡਿਲੀਵਰ ਕਰਨਾ ਦੋਸਤੋ। ਪਹਿਲੇ ਵਾਰੇ ਦਾ ਅਗਰ ਰਿਕਾਰਡ ਦੱਸਿਆ ਜਾਵੇ, ਪਹਿਲੇ ਵਾਰੇ 20 ਤੋਂ 22 ਲੀਟਰ ਦੁੱਧ ਕਰਦੀ ਰਹੀ ਦੋਸਤੋ। ਇਨਸ਼ਾਅੱਲਾ ਇਸ ਵਾਰੀ ਜਿਹੜੀ ਉਮੀਦ ਕੀਤੀ ਜਾਂਦੀ 24 ਤੋਂ 25 ਲੀਟਰ ਦੀ ਕੀਤੀ ਜਾਂਦੀ ਹੈ। ਅਗਰ ਕਿਸੇ ਮੇਰੇ ਭਰਾ ਨੂੰ ਆਵੇ ਵੈੜ ਪਸੰਦ, ਉਹ ਸਾਡੇ ਨਾਲ ਬਿਆਨਾ ਕਰਕੇ ਅਤੇ ਆਪਦੀ ਚੋਕ ਲਿਜਾ ਸਕਦਾ, ਕੋਈ ਟੈਨਸ਼ਨ ਨਹੀਂ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਬਕਾਇਆ ਇਨਸ਼ਾਅੱਲਾ ਉਹ ਕਾੜਾ ਐਨੀਮਲ ਟੀ ਵੀ ਜਿਹੜਾ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਦੋਸਤਾਂ ਨੂੰ ਅੱਛਾ ਨਸਲੀ ਜਾਨਵਰ ਮਿਲੇ। ਬਕਾਇਆ ਦੋਸਤੋ ਕਰਨੇ ਦੀ ਡਿਮਾਂਡ ਦੀ ਗੱਲ, ਮਾਲਕ ਜਣੇ ਦੀ ਡਿਮਾਂਡ ਕਰਦੇ ਨੇ 3,20,000 ਰੁਪਇਆ। ਇਨਸ਼ਾਅੱਲਾ ਹਾਜ਼ਰ ਮੌਕੇ ਵਿੱਚ ਪਿਆਰ ਮੁਹੱਬਤ ਹੋਏਗਾ, ਮੁਹੱਬਤਾਂ ਹੋਣਗੀਆਂ ਦੋਸਤਾਂ ਨਾਲ, ਜਿਹੜੇ ਦੋਸਤ ਸਫ਼ਰ ਕਰਕੇ ਆਉਣਗੇ ਜਾਂ ਔਨਲਾਈਨ ਸਾਡੇ ਕੋਲੋਂ ਖਰੀਦਣਗੇ, ਇਨਸ਼ਾਅੱਲਾ ਪੂਰੀਆਂ ਪੂਰੀਆਂ ਮੁਹੱਬਤਾਂ ਕੀਤੀਆਂ ਜਾਣਗੀਆਂ। ਦੁਬਾਰਾ ਇੱਕ ਵਾਰੀ ਰਿਪੀਟ ਕਰ ਦਈਏ, ਦੂਸਰਾ ਵਾਰਾ ਡਿਲੀਵਰ ਕਰਨ ਵਾਸਤੇ ਬਿਲਕੁਲ ਤਿਆਰ, ਹਫ਼ਤਾ ਤੋਂ 10 ਦਿਨ ਲੈਂਦੀ ਹੈ ਵੈੜ ਦੋਸਤੋ। ਤਹਿਸੀਲ ਦੀਪਾਲਪੁਰ, ਜ਼ਿਲ੍ਹਾ ਉਕਾੜਾ, ਉਹਨਾਂ ਦੀ ਲੋਕੇਸ਼ਨ ਬਣਦੀ। ਭਾਈ ਦਾ ਨਾਮ ਸਰਦਾਰ ਬਾਬਰ ਜੱਟ, ਜਿਹੜਾ ਰਾਬਤਾ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤਾ ਹੈ। ਕਿਸੇ ਵੀ ਮੇਰੇ ਵੀਰ, ਦੋਸਤ, ਭਰਾ ਨੂੰ ਵੈੜ ਆਵੇ ਪਸੰਦ, ਉਹ ਰਾਬਤਾ ਕਰਕੇ ਖਰੀਦ ਸਕਦਾ। ਬਕਾਇਆ ਇਨਸ਼ਾਅੱਲਾ ਉਕਾੜਾ ਐਨੀਮਲ ਟੀ ਵੀ 'ਤੇ ਸੱਚੇ ਅਤੇ ਸੁੱਚੇ ਸੌਦੇ ਮਿਲਦੇ ਨੇ ਦੋਸਤੋ, ਇਨਸ਼ਾਅੱਲਾ ਕੋਈ ਗਲਤ ਕੰਮ ਨਹੀਂ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।